ਪੰਜਾਬ 'ਚ ਪੰਚਾਇਤੀ ਚੋਣਾਂ ਕੀ ਆਈਆਂ, ਇੱਥੇ ਤਾਂ ਖੂਨੀ ਝੜਪਾਂ ਸ਼ੁਰੂ ਹੋ ਗਈਆਂ। ਅੱਜ ਸੂਬੇ ਭਰ ਦੇ ਵਿੱਚ ਕਈ ਥਾਵਾਂ 'ਤੇ ਜਿਹੜੀ ਖੂਨੀ ਝੜਪਾਂ ਦੇਖਣ ਨੂੰ ਮਿਲੀ ਹੈ, ਉਹਨੇ ਗਿਣਤੀ ਚੱਲ ਰਹੀ ਹੈ, ਲੇਕਿਨ ਉਸ ਦੌਰਾਨ ਕਾਫੀ ਜਗ੍ਹਾ 'ਤੇ ਜਿਹੜੀ ਖੂਨੀ ਝੜਪਾਂ ਦੇਖਣ ਨੂੰ ਮਿਲੀ ਹੈ। ਇਸੀ ਬਾਰੇ ਗੱਲ ਕਰਨ ਲਈ ਸਾਡੇ ਨਾਲ ਹੈਗੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ। ਚੀਮਾ ਜੀ, ਕੀ ਕਹਿਣਾ ਚਾਹੋਗੇ ਕਿ ਜਿਸ ਤਰੀਕੇ ਨਾਲ ਅੱਜ ਪੂਰਾ ਮਾਹੌਲ ਦੇਖਣ ਨੂੰ ਮਿਲਿਆ? ਪਹਿਲਾਂ ਜਦੋਂ ਜ਼ਿਲ੍ਹਾ ਪਰਿਸ਼ਦ ਦੀ ਚੋਣਾਂ ਹੋਈਆਂ ਸੀ, ਉਸ ਵੇਲੇ ਵੀ ਕਾਫੀ ਖੂਨੀ ਮਾਹੌਲ ਦੇਖਿਆ, ਅੱਜ ਫਿਰ ਉਹੀ ਮਾਹੌਲ ਫਿਰ ਦੇਖਣ ਨੂੰ ਮਿਲਿਆ। ਚੋਣ ਕਮਿਸ਼ਨ ਕਹਿੰਦਾ ਕਿ ਸਾਡੇ ਪਾਸੋਂ ਜਿਹੜੇ ਸਾਰੇ ਇੰਤਜ਼ਾਮ ਪੂਰੇ, ਕਿਸੇ ਨੂੰ ਵੀ ਕਾਨੂੰਨ ਹੱਥ 'ਚ ਨਹੀਂ ਲੈਣ ਦਿੱਤਾ ਜਾਏਗਾ। ਮਮਦੋਦ ਦੇ ਵੀ ਜਿਸ ਤਰੀਕੇ ਨਾਲ ਬੂਥ ਕੈਪਚਰਿੰਗ, ਉੱਥੇ ਜਿਹੜਾ ਪੋਲ ਜਿਹੜਾ ਬੈਲਟ ਬਾਕਸ ਉਸ ਨੂੰ ਅੱਗ ਲਗਾ ਦਿੱਤੀ, ਕੀ ਕਹਿਣਾ ਚਾਹੋਗੇ? ਦੇਖੋ, ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਜ਼ਿਲ੍ਹਾ ਪਰਿਸ਼ਦ ਪੰਚਾਇਤ ਸਮੇਤ ਚੋਣਾਂ ਕਾਂਗਰਸ ਪਾਰਟੀ ਲੁੱਟੀਆਂ ਸੀਆਂ, ਉਸੇ ਤਰਜ਼ ਦੇ ਉੱਤੇ ਪੰਚਾਇਤੀ ਚੋਣਾਂ 'ਚ ਬਹੁਤ ਵੱਡਾ ਜਿਹੜਾ ਘਾਣ ਹੋਇਆ, ਬਹੁਤ ਵੱਡੀ ਪੱਧਰ 'ਤੇ ਲੋਕਾਂ ਨੂੰ ਕੁੱਟਿਆ ਗਿਆ, ਲੋਕਾਂ ਦੇ ਜਾਨਾਂ ਗਈਆਂ ਨੇ, ਮੈਂ ਸਮੇਂ ਦਾ ਬੂਥ ਕੈਪਚਰਿੰਗ ਹੋਈ ਆ, ਕਾਂਗਰਸ ਪਾਰਟੀ ਦਾ ਚਿਹਰਾ ਨੰਗਾ ਹੋ ਗਿਆ। ਕਿਉਂਕਿ ਕਾਂਗਰਸ ਪਾਰਟੀ ਨੇ ਉਹੀ ਕੰਮ ਕੀਤਾ ਜਿਹੜਾ ਅਕਾਲੀ ਦਲ ਬੀਜੇਪੀ ਪਿਛਲੇ 10 ਸਾਲ ਕਰਦਾ ਰਿਹਾ, ਉਹੀ ਕੰਮ ਅੱਜ ਕਾਂਗਰਸ ਪਾਰਟੀ ਨੇ ਕੀਤਾ। ਲੋਕ ਜਿਹੜੇ ਹੈਗੇ ਨੇ 2019 ਦੇ ਵਿੱਚ ਕਾਂਗਰਸ ਪਾਰਟੀ ਨੂੰ ਸਭ ਕੁਛ ਸਿਖਾਉਣਗੇ। ਮੈਂ ਸਮਝਦਾ ਵੀ ਅੱਜ ਲੋਕਤੰਤਰ ਦੀ ਹੱਤਿਆ ਹੋਈ ਆ ਪੰਜਾਬ ਦੇ ਵਿੱਚ। ਅਤੇ ਚੀਮਾ ਜੀ, ਆਮ ਆਦਮੀ ਪਾਰਟੀ ਨੇ ਤਾਂ ਹਾਲਾਂਕਿ ਇਹ ਚੋਣਾਂ ਨਹੀਂ ਲੜੀਆਂ, ਲੇਕਿਨ ਤੁਹਾਨੂੰ ਲੱਗਦਾ ਕਿ ਅਗਰ ਚੋਣਾਂ ਲੜਦੀਆਂ ਤਾਂ ਜਿਹੜਾ ਮਾਹੌਲ ਹੈ ਉਹ ਕੁਝ ਹੋਰ ਹੋਣਾ ਸੀ? ਕਿਉਂਕਿ ਇੱਕ ਪਾਸੇ ਤੁਸੀਂ ਕਹਿ ਸਕ ਮੰਨ ਸਕਦੇ ਹੋ ਕਿ ਆਪ ਪਿੱਛੇ ਹੋ ਗਈ ਸੀ, ਅਗਰ ਆਪ ਲੜਦੀ ਤਾਂ ਕੁਝ ਹੋਰ ਤਸਵੀਰ ਹੋਣੀ ਸੀ। ਦੇਖੋ, ਆਮ ਆਦਮੀ ਪਾਰਟੀ ਨੇ ਆਪਣੇ ਜਿਹੜੇ ਚੋਣਾਂ ਹੈਗੀਆਂ ਆਪਣੇ ਸਿੰਬਲ 'ਤੇ ਲੜੀਆਂ, ਕਿਉਂਕਿ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਚੋਣਾਂ ਹੁੰਦੀਆਂ ਨੇ। ਪਿੰਡਾਂ ਵਿੱਚ ਜਿਹੜੇ ਪਿੰਡਾਂ ਦੇ ਲੋਕ ਨੇ ਆਪਸੀ ਚਾਚੇ ਤਾਂ ਇਕੱਠੇ ਹੋ ਕੇ ਇਲੈਕਸ਼ਨ ਲੜਦੇ ਨੇ ਤਾਂ ਕਿ ਪਿੰਡਾਂ ਦਾ ਵਿਕਾਸ ਹੋ ਸਕੇ, ਪਰ ਮੈਂ ਸਮਝਦਾ ਵੀ ਅੱਜ ਕਾਂਗਰਸ ਪਾਰਟੀ ਨੇ ਲੋਕਾਂ ਦਾ ਭਾਈਚਾਰਾ ਤੋੜਿਆ ਔਰ ਲੋਕ ਜਿਹੜੇ ਹੈਗੇ 2019 'ਚ ਕਾਂਗਰਸ ਪਾਰਟੀ ਨੂੰ ਮੂੰਹ ਤੋੜ ਜਵਾਬ ਦੇਣਗੇ। ਕੈਪਟਨ ਸਾਹਿਬ ਨੇ ਇੱਕ ਵਾਰ ਫਿਰ ਪੰਜਾਬ ਵਿੱਚ ਲੋਕਤੰਤਰ ਦੀ ਹੱਤਿਆ ਕੀਤੀ ਅੱਜ। ਤਾਂ ਕੀ ਕਹਿਣਾ ਚਾਹੋਗੇ ਕਿ ਜਿਹੜਾ ਚੋਣ ਕਮਿਸ਼ਨ ਹੈ, ਚੋਣ ਕਮਿਸ਼ਨ ਦਾ ਵਤੀਰਾ ਕਿਸ ਤਰੀਕੇ ਨਾਲ ਰਿਹਾ ਹੈ, ਤੁਸੀਂ ਕਿਸ ਤਰੀਕੇ ਨਾਲ ਦੇਖਦੇ? ਜਿਹੜਾ ਚੋਣ ਕਮਿਸ਼ਨ ਆ ਜਾਂ ਡਿਪਟੀ ਕਮਿਸ਼ਨਰ ਜਾਂ SSP ਨੇ ਜਾਂ ਹੋਰ ਜਿਹੜਾ ਵੀ ਅਮਲਾ, ਅੱਜ ਉਹ ਇਸ ਤਰ੍ਹਾਂ ਲੱਗਿਆ ਜਿਵੇਂ ਕਾਂਗਰਸ ਪਾਰਟੀ ਬਤੌਰ ਏਜੰਟ ਪੰਜਾਬ ਵਿੱਚ ਕੰਮ ਕਰ ਰਹੇ ਹੁੰਦੇ ਨੇ। ਧੰਨਵਾਦ। ਬਿਲਕੁਲ, ਇਹ ਸੀਗੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਜਿਹੜੇ ਕਿ ਸਾਫ ਦੱਸ ਰਹੇ ਨੇ ਕਿ ਅੱਜ ਜਿਹੜਾ ਘਟਨਾ ਹੋਈ ਹੈ ਇਹ ਘਟਨਾ ਕੋਈ ਨਵੀਂ ਘਟਨਾ ਨਹੀਂ ਹੈ। ਪਹਿਲਾਂ ਵੀ ਜਿਹੜੀ 10 ਸਾਲ ਅਕਾਲੀਆ ਦੇ ਰਾਜ ਦੇ ਵਿੱਚ ਹੁੰਦਾ ਰਿਹਾ ਉਹੀ ਸੇਮ ਅੱਜ ਕਾਂਗਰਸੀਆ ਦੇ ਰਾਜ ਦੇ ਵਿੱਚ ਹੋਇਆ, ਅਤੇ ਸਿੱਧੇ ਤੌਰ 'ਤੇ ਇਹਨਾਂ ਨੇ ਚੋਣ ਕਮਿਸ਼ਨ ਨੂੰ ਵੀ ਕਟਗੜੇ 'ਚ ਖੜਾ ਕੀਤਾ। ਇਹਨਾਂ ਵੱਲੋਂ ਇਹ ਕਿਹਾ ਗਿਆ ਕਿ ਉਹਨਾਂ ਵੱਲੋਂ ਵੀ ਅੱਜ ਜਿਹੜਾ ਇੱਕ ਜਿਹੜਾ ਪੋਲਿੰਗ ਏਜੰਟ ਦੇ ਤੌਰ 'ਤੇ ਹੀ ਕੰਮ ਕੀਤਾ ਗਿਆ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਆਦਿਤ ਗੁਪਤਾ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ TV।